ਹੈਲੋ ਜੀ, ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਆਪਾਂ ਹੈ ਨਾ ਭੈਣਾਂ ਦੀ ਫਰਮਾਇਸ਼ 'ਤੇ ਜਿਹੜੀ ਹੈਗੀ ਵੀਡੀਓ ਬਣਾਉਣ ਲੱਗੇ ਹਾਂ, ਅਤੇ ਇੱਕ ਭੈਣ ਦਾ ਕਮੈਂਟ, ਕਾਫੀ ਵਾਰੀ ਕਮੈਂਟ ਆ ਚੁੱਕਿਆ ਹੈ ਨਾ ਕਿ ਸਾਡੀ ਸਾਤੀ ਜਿਹੜੀ ਹੈਗੀ 18 ਇੰਚ ਹੈਗੀ ਜੀ, ਤੀਰਾ ਹੈਗਾ ਜਿਹੜਾ ਹੈਗਾ 12 ਇੰਚ ਹੈਗਾ, ਵੀ ਉਹਦੀ ਕਟਾਈ ਦੱਸੋ ਤੁਸੀਂ। ਅਤੇ ਵੀ ਜਦੋਂ ਅਸੀਂ ਸੂਟ ਤਾਂ ਬਣਾ ਲੈਂਦੇ ਹਾਂ, ਵੀ ਸਾਡੇ ਜਿਹੜੇ ਹੈਗੇ ਨੇ ਮੋਢੇ ਡਿੱਗਦੇ ਆ ਇੱਥੋਂ, ਜਿਵੇਂ ਆਪਾਂ ਸੂਟ ਦੇ ਕਹਿ ਲਈਏ ਇੱਦਾਂ ਮੋਢੇ ਡਿੱਗਦੇ ਆ ਹੈ ਨਾ, ਵੀ ਉਹ ਮੋਢੇ ਡਿੱਗਦੇ ਆ। ਉਹ ਮੋਢੇ ਨਾ ਤਾਂ ਉਹਨਾਂ ਦੇ ਤੀਰੇ 'ਚ ਨੁਕਸ ਹੈ ਜੀ, ਨਾ ਸਾਤੀ 'ਚ, ਸੇਮ ਹੈ 12 ਹੋ ਸਕਦਾ ਹੈ ਨਾ, 12 ਤੀਰਾ ਉਹਨਾਂ ਦਾ, ਅਤੇ ਜਿਹੜੀ ਹੈਗੀ ਸਾਤੀ 18 ਸੈੱਟ ਹੈਗਾ, ਇੰਨਾ ਕੁ ਹੋ ਵੀ ਜਾਂਦਾ ਹੈ ਨਾ। ਉਹਦੇ 'ਚ ਕੀ ਹੈਗਾ, ਤੀਰਾ ਆਪਣਾ ਵੱਧ ਘੱਟ ਜਾਂਦਾ ਹੁੰਦਾ ਜੀ, ਤੀਰਾ ਕੋਈ ਪੱਕਾ ਨਹੀਂ ਹੁੰਦਾ ਹੈਗਾ, ਤੀਰਾ ਆਪਣਾ ਗਲੇ ਦੇ ਅਕੋਰਡਿੰਗ ਹੀ ਹੁੰਦਾ ਹੈਗਾ। ਜਿੱਦਾਂ ਆਪਾਂ ਗਲਾ ਡੀਪ ਕਰਦੇ ਹਾਂ ਤਾਂ ਤੀਰਾ 1/2 ਇੰਚ ਹੋਰ ਘਟਾ ਦਿਉ, ਜਿੱਦਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੀ। ਅੱਗੇ ਜਾ ਕੇ ਤੁਸੀਂ ਇਹ ਜ਼ਰੂਰ ਦੇਖਿਓ ਵੀ ਆਪਣੇ ਮੋਢੇ ਕਿਉਂ ਡਿੱਗਦੇ ਨੇ। ਤੀਰਾ ਆਪਾਂ ਜੇ ਆਪਾਂ ਗਲਾ ਤਾਂ ਹੈ ਨਾ ਆਪਦੀ ਮਰਜ਼ੀ ਨਾਲ ਕਰ ਲੈਂਦੇ, ਆਪਣਾ ਜੀ ਕਰਦਾ ਡੀਪ ਕਰ ਲੈਂਦੇ ਹਾਂ, ਅਤੇ ਫਿਰ ਉਹ ਤੀਰਾ ਵੀ ਘਟਾਉਣਾ ਪੈਂਦਾ ਥੋੜ੍ਹਾ ਜਿਹਾ। ਜਿੱਦਾਂ ਆਪਾਂ 12 ਹੀ ਮੰਨ ਲਓ, 6 ਇੰਚ ਤੀਰਾ ਹੋ ਗਿਆ ਹੈ ਨਾ, ਤਾਂ ਉਹਦਾ ਆਪਣੇ ਜਿਹੜਾ ਘਟਾਉਣਾ ਪੈਣਾ, ਜਿੱਦਾਂ ਫਿਰ 11 ਹੀ ਲਾ ਲਓ ਤੁਸੀਂ, 11 ਰਹਿ ਜੂਗਾ ਹੈ ਨਾ। ਜਿੱਦਾਂ ਆਪਾਂ ਦੱਸਾਂਗੇ ਇਹ ਜਿਹੜਾ ਅਸੀਂ ਕਟਿੰਗ ਕਰਨ ਲੱਗੇ ਹਾਂ ਕਮੀਜ਼ ਹੈ ਨਾ, ਇਹਨਾਂ ਦਾ 11 11.5 ਇੰਚ ਤੀਰ ਹੈਗਾ, ਅਤੇ 18 ਕੁ ਇੰਚ ਸਾਤੀ ਆ, ਸੇਮ ਨਾਪ ਹੈ। ਬਾਕੀ ਥੋੜ੍ਹਾ ਬਹੁਤਾ ਜਿਹੜਾ ਹੈਗਾ ਗਲੇ ਦਾ ਫਰਕ ਹੈਗਾ ਆ, ਉਹ ਤੁਹਾਨੂੰ ਮੈਂ ਸਾਰਾ ਵੀਡੀਓ 'ਚ ਦੱਸੂੰਗੀ ਵੀ ਤੁਸੀਂ ਤੀਰਾ ਜੇ ਗਲਾ ਵੱਡਾ ਛੋਟਾ ਲੈਣਾ, ਕੱਟਣਾ ਹੈਗਾ 1 ਇੰਚ, ਅਤੇ ਕਿੰਨਾ ਤੀਰਾ ਕੱਟਣਾ ਚਾਹੀਦਾ, ਜੇ ਤੁਸੀਂ ਗਲਾ 1 ਇੰਚ ਕਰਦੇ ਹੋ ਤਾਂ ਤੀਰਾ ਕਿੰਨਾ ਛੋਟਾ 1 ਇੰਚ ਲੈਣਾ ਚਾਹੀਦਾ, ਉਹ ਮੈਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸੂੰ। ਵੀਡੀਓ ਨਾਲ ਜੁੜੇ ਰਹੋ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਤਾਂ ਕਿ ਜਿਹੜਾ ਹੈਗਾ ਸਾਰੀਆਂ ਭੈਣਾਂ ਨੂੰ ਹੈ ਨਾ ਵੀਡੀਓ ਦੇਖ ਕੇ ਕੁਝ ਸਿੱਖਣ ਨੂੰ ਮਿਲੇ। ਜਿੱਦਾਂ ਘਰੇ ਭੈਣਾਂ ਸੂਟ ਸਿਲਾਈ ਕਰ ਲੈਂਦੀਆਂ ਨੇ, ਉਹ ਥੋੜ੍ਹੀ ਜਿਹੀ ਇਹ ਚੀਜ਼ਾਂ ਦੇ ਵਿੱਚ ਹੀ ਉਲਝ ਜਾਂਦੇ ਆ, ਕਾਟਾਂ ਵਗੈਰਾ 'ਚ। ਆਪਾਂ ਮੋਢੇ ਵਗੈਰੇ ਦੀ ਕਟਾਈ ਸਾਰਾ ਦੱਸਾਂਗੇ। ਹੁਣ ਦੇਖੋ, ਮੈਂ ਗਰਮੀ ਦੇ ਵਿੱਚ ਬੈਠ ਕੇ ਹੈ ਨਾ ਵੀਡੀਓ ਸ਼ੂਟ ਕਰ ਰਹੀ ਹਾਂ, ਜੇ ਪੱਖਾ ਲਾਉਂਦੇ ਆ ਤਾਂ ਆਵਾਜ਼ ਆਉਂਦੀ ਹੈ ਜੀ ਹੈ ਨਾ ਫੋਨ ਦੇ ਵਿੱਚ, ਅਤੇ ਗਰਮੀ ਦੇ ਵਿੱਚ ਹੁਣ ਮੈਂ ਕਟਿੰਗ ਕਰਨ ਲੱਗੀ ਹਾਂ ਸੂਟ। ਮੈਂ ਕਿਹਾ ਵੀ ਚਲੋ ਕੁੜੀਆਂ ਦੀਆਂ ਵੀ ਮਸ਼ੀਨਾਂ ਰਖਵਾਈਆਂ ਨੇ, ਜਿਵੇਂ ਆਪਣੇ ਕੰਮ ਚੱਲਦਾ ਹੈ ਨਾ, ਸਿਲਾਈ ਦਾ ਕੰਮ ਕਰਦੇ ਹਾਂ ਬੁਟੀਕ, ਅਤੇ ਉਹਦੇ ਕਰਕੇ ਸਾਰਿਆਂ ਦਾ ਕੰਮ ਵੀ ਰਖਵਾਇਆ ਹੈਗਾ, ਵੀ ਜਿਹੜਾ ਹੈਗਾ 10 ਮਿੰਟ ਦੀ 15 ਦੀ ਜੋ ਵੀ ਆਪਣੇ ਵੀਡੀਓ ਦੇਣੀ ਹੈ ਨਾ, ਵੀਡੀਓ ਨੂੰ ਤਾਂ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹੈ ਨਾ। ਤੁਹਾਡੇ ਜਿਹੜੇ ਹੈਗੇ ਲਾਈਕਾਂ ਦੇ ਦੇਖ ਕੇ ਹੈ ਨਾ, ਅਸੀਂ ਕਮੈਂਟ ਦੇਖ ਕੇ ਤਾਂ ਅਸੀਂ ਤੁਹਾਡੇ ਲਈ ਦੁਬਾਰਾ ਦੁਬਾਰਾ ਵੀਡੀਓ ਅਪਲੋਡ ਕਰਦੇ ਹਾਂ, ਅਤੇ ਟਾਈਮ ਕੱਢ ਕੇ ਵੀਡੀਓ ਜਿਹੜੀ ਹੈਗੀ ਬਣਾਉਂਦੇ ਹਾਂ ਜੀ, ਫਿਰ ਪਾਉਂਦੇ ਹਾਂ, ਐਡੀਟਿੰਗ ਦਾ ਕੰਮ ਹੈ ਨਾ। ਬਾਕੀ ਆਪਣੇ ਬੁਟੀਕ 'ਤੇ ਜਿਹੜਾ ਹੈਗਾ ਬਹੁਤ ਜ਼ਿਆਦਾ ਕੰਮ ਹੈਗਾ, ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਜਿਹੜਾ ਹੈਗਾ ਆਪਾਂ ਵੀਡੀਓ ਤੁਹਾਡੇ ਲਈ ਜ਼ਰੂਰ ਦਿੰਦੇ ਹਾਂ, ਕਿਉਂਕਿ ਮੈਂ ਕਮੈਂਟ ਸਾਰਿਆਂ ਦੇ ਪੜ੍ਹਦੀ ਹਾਂ ਜੀ ਹੈ ਨਾ। ਜਿਹੜੀਆਂ ਭੈਣਾਂ ਦਾ ਕਿਹਾ ਹੁੰਦਾ ਵੀ ਸਾਨੂੰ ਇਹਦੀ ਵੀਡੀਓ ਦਿਉ ਜਾਂ ਸਾਨੂੰ ਆਹ ਚੀਜ਼ ਦੱਸੋ, ਅਸੀਂ ਸਾਰੀ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਜਿਹੜੀਆਂ ਹੈਗੀਆਂ, ਕਿਉਂਕਿ ਟਾਈਮ ਨਹੀਂ ਹੁੰਦਾ ਹੈ ਨਾ, ਜਿਹੜਾ ਸਾਡੇ ਕੋਲ ਕੱਪੜਾ ਆਉਂਦਾ ਆ ਜਿਵੇਂ ਦਾ ਆਉਂਦਾ, ਅਸੀਂ ਤੁਹਾਡੇ ਨਾਲ ਉਹੀ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਦੇ ਹਾਂ। ਇਹ ਨਹੀਂ ਹੈਗਾ ਵੀ ਅਸੀਂ ਭੁੱਲ ਜਾਂਦੇ ਹਾਂ, ਸਾਡੇ ਸਾਰੇ ਕਮੈਂਟ ਪੜ੍ਹ ਕੇ ਸਾਰਾ ਕੁਛ ਮੈਂ ਇੱਕ ਕਾਪੀ 'ਤੇ ਜਿਹੜਾ ਹੈਗਾ ਨੋਟ ਕਰਦੀ ਹਾਂ ਵੀ ਆਪਾਂ ਨੇ ਕੀ ਕੀ ਚੀਜ਼ 'ਤੇ ਵੀਡੀਓ ਦੇਣੀ ਹੈ। ਵੈਸੇ ਜਿਹੜਾ ਹੈਗਾ ਚਲੋ ਦਿਮਾਗ 'ਚੋਂ ਨਿਕਲ ਵੀ ਜਾਂਦਾ ਜੀ, ਡਾਇਰੀ 'ਤੇ ਨੋਟ ਕਰ ਲਈਦਾ। ਚਲੋ ਜੀ, ਆ ਜਾਓ ਫਿਰ ਦੱਸਦੇ ਹਾਂ ਤੁਹਾਨੂੰ ਸਾਰਾ। ਲਓ ਜੀ, ਹੁਣ ਆਪਾਂ 12 ਇੰਚ ਤੀਰਾ, 18 ਇੰਚ ਛਾਤੀ, 16 ਇੰਚ ਕਮਰ, ਅਤੇ 19 ਇੰਚ ਹਿੱਪ, ਹਿੱਪ ਦੇ ਹਿਸਾਬ ਨਾਲ ਆਪਾਂ ਇਹ ਕਟਿੰਗ ਦਾ ਨਾਪ ਜਿਹੜਾ ਹੈਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਆ ਦੇਖੋ, ਪਹਿਲਾਂ ਆਪਾਂ ਨੇ ਕਮੀਜ਼ ਕੱਟ ਲਿਆ ਸੀਗਾ, ਆ ਦੇਖੋ ਇਸ ਤਰ੍ਹਾਂ ਕਮੀਜ਼ ਕੱਟ ਲਿਆ ਸੀਗਾ, ਹੁਣ ਆਪਾਂ ਇਹਨੂੰ ਡਬਲ ਕਰਕੇ ਸਿੱਧਾ ਪਾਸਾ ਅੰਦਰ ਰੱਖ ਕੇ ਡਬਲ ਫੋਲਡ ਕਰ ਲਾਂਗੇ।
ਜਿਹੜਾ ਕਾਣ ਹੈਗਾ ਉਹ ਵੀ ਨਿਕਲ ਜਾਓ, ਆਪਾਂ ਬਿਲਕੁਲ ਬਰਾਬਰ ਕਰਕੇ ਦੋਵੇਂ ਪੱਲਿਆਂ ਨੂੰ ਇੱਕ ਵਾਰੀ ਦੂਰਾ ਕਰ ਲਾਂਗੇ। ਆਹ ਦੇਖੋ ਇਹਨੂੰ ਵੀ ਡਬਲ ਕਰ ਲਾਂਗੇ, ਇਹ ਕਹਿਰਾ ਦੂਰਾ ਕਰ ਲਾਂਗੇ, ਇਸ ਤਰ੍ਹਾਂ ਦੂਰਾ ਕਰ ਲਿਆ। ਇੱਕ ਭੈਣ ਦਾ ਕਮੈਂਟ ਆਇਆ ਸੀਗਾ ਜੀ, ਉਹਨਾਂ ਦੀ ਸਾਤੀ 12 ਇੰਚ ਸੋਰੀ 18 ਇੰਚ ਤੀਗਾ, ਤੀਰਾ ਜਿਹੜਾ ਹੈਗਾ ਉਹਨਾਂ ਦਾ 12 ਇੰਚ ਤੀਗਾ। ਉਹ ਕਹਿੰਦੇ ਵੀ ਸਾਡੇ ਮੋਢੇ ਡਿੱਗਣ ਲੱਗ ਜਾਂਦੇ ਆ, ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਮੋਢੇ ਕਾਹਤੋਂ ਡਿੱਗਦੇ ਨੇ, ਉਹ ਸਾਰਾ ਹੁਣ ਆਪਾਂ ਦੱਸਾਂਗੇ ਵੀ ਗਲਾ ਗਲੇ ਦੀ ਕਟਾਈ ਦਾ ਮਾੜਾ ਮੋਟਾ ਫਰਕ ਹੁੰਦਾ ਹੈ ਨਾ, ਡੀਪ ਕਰਨਾ ਜਾਂ ਛੋਟਾ ਕਰਨਾ ਜਾਂ ਵੱਡਾ ਕਰਨਾ ਹੈ ਨਾ, ਉਹਦੇ ਨਾਲ ਆਪਣਾ ਤੀਰਾ ਡਿੱਗਣ ਲੱਗ ਜਾਂਦਾ ਹੁੰਦਾ, ਨਹੀਂ ਜਿਹੜਾ ਹੈਗਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਆ ਦੇਖੋ ਹੁਣ ਆਪਾਂ ਇਹਦੀ ਜਿਹੜਾ ਹੈਗਾ ਇਹਨਾਂ ਦਾ ਤੀਰਾ ਦੇਖੋ 12 ਹੈਗਾ, 12 ਇੰਚ ਦੀ ਕਟਾਈ ਕਰਨੀ ਹੈ, 11 12 ਦਾ ਅੱਧ ਹੋ ਗਿਆ 6। ਆ ਦੇਖੋ 6 ਇੰਚ ਦੇ ਆਪਣੇ ਇੱਥੋਂ ਪਹਿਲਾਂ ਆਪਾਂ 2.5 ਇੰਚ ਗਲੇ ਦਾ ਨਿਸ਼ਾਨ ਲਾਵਾਂਗੇ, ਜਿਹੜੀ ਆਪਣੇ ਕਾਟ ਪਾਉਣੀ ਹੈ। ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਮੋਢੇ ਦਾ ਨਿਸ਼ਾਨ, ਇਹਨਾਂ ਦਾ ਮੋਢਾ ਹੈਗਾ 8.5 ਇੰਚ, ਆਪਾਂ ਇੱਥੋਂ 7 ਇੰਚ 'ਤੇ ਨਿਸ਼ਾਨ ਲਾਵਾਂਗੇ। ਦੇਖੋ 7 'ਤੇ ਨਿਸ਼ਾਨ ਲਾਵਾਂਗੇ, ਫਿਰ ਜਿਹੜਾ ਹੈਗਾ ਇੱਥੋਂ ਆਪਾਂ ਇੱਕ ਬੋਕਸ ਬਣਾ ਲਾਂਗੇ। ਆਹ ਦੇਖੋ ਜਿੰਨੇ ਆਪਾਂ 6 'ਤੇ ਆਹ ਲਾਇਆ ਸੀ, ਇਹਨੂੰ 6 ਦਾ ਨਿਸ਼ਾਨ ਲਾ ਕੇ ਇਹਨੂੰ ਇਹਦੇ ਨਾਲ ਮਿਲਾ ਦਾਂਗੇ, ਇਹਨੂੰ ਇਹਦੇ ਨਾਲ ਮਿਲਾ ਦਾਂਗੇ। ਦੇਖੋ ਇਹ ਆਪਣਾ ਇੱਕ ਬੋਕਸ ਤਿਆਰ ਹੋ ਗਿਆ। ਉਸ ਤੋਂ ਬਾਅਦ ਆਪਾਂ ਨੇ ਨਿਸ਼ਾਨ ਲਾਉਣਾ ਹੈਗਾ ਜਿਹੜਾ ਹੈਗਾ ਸਾਤੀ ਦਾ ਜੀ, ਸਾਤੀ ਇਹਨਾਂ ਦੀ ਹੈਗੀ 18 ਇੰਚ, 18 ਦਾ ਅੱਧ ਹੋ ਗਿਆ 9, 0.5 ਇੰਚ ਆਪਾਂ ਜਿਹੜਾ ਹੈਗਾ ਪਲੋਈ ਦਾ ਪਾਉਣਾ ਆ, ਆਪਾਂ 9.5 'ਤੇ ਨਿਸ਼ਾਨ ਲਾ ਲਾਂਗੇ। 9.5 'ਤੇ ਨਿਸ਼ਾਨ ਲਾ ਲਿਆ, ਇੱਥੋਂ ਆਪਾਂ ਗੁਲਾਈ ਪਾ ਦਾਂਗੇ ਇਹਦੇ ਹਿਸਾਬ ਨਾਲ। ਦੇਖੋ ਇਸ ਤਰ੍ਹਾਂ ਗੁਲਾਈ ਪਾ ਦੇਣੀ ਹੈ, ਗੁਲਾਈ ਪਾਤੀ। ਬਾਕੀ ਕੀ ਕਰਨਾ ਤੁਸੀਂ, ਜਿਹੜੀ ਇਹ ਜਮੇ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਕਟਾਈ ਦੱਸਦੇ ਹਾਂ, ਕੋਈ ਮਿਹਨਤੀਆਂ ਦਾ ਕੋਈ ਉਹ ਨਹੀਂ ਹੈਗਾ, ਇਹਦਾ ਅੱਧ ਕਰ ਲਓ, ਬਿਲਕੁਲ ਆਹ ਚੀਜ਼ਾਂ ਦਾ ਅੱਧ ਕਰ ਲਓ, ਚਾਹੇ ਤੁਸੀਂ ਇੰਚੀ ਟੇਪ ਨਾਲ ਮਿਲ ਲਓ, ਇਹਨਾਂ ਦੋਨਾਂ ਦਾ ਅੱਧ ਕਰਕੇ ਇੱਥੋਂ ਦੇਖੋ ਇਸ ਤਰ੍ਹਾਂ ਇਹਦੀ ਗੁਲਾਈ ਪਾ ਦਿਓ। ਇਹ ਆਪਣਾ ਮੂਰਲੀ ਗੁਲਾਈ ਹੋ ਜੂ ਜੀ। ਕੱਟਣ ਵੇਲੇ ਤੁਸੀਂ ਥੋੜ੍ਹਾ ਜਿਹਾ ਜੇ ਕਈ ਵਾਰੀ ਨਿਸ਼ਾਨ ਆਪਣਾ ਮਾੜਾ ਮੋਟਾ ਵਿੰਗਾ ਵੀ ਲੱਗ ਜੇ ਹੈ ਨਾ, ਕੱਟਣ ਵੇਲੇ ਥੋੜ੍ਹਾ ਜਿਹਾ ਹੱਥ ਸਿੱਧਾ ਰੱਖ ਲਓ। ਹੁਣ ਆਪਾਂ ਪਲੋਈਆਂ ਦੇ ਨਿਸ਼ਾਨ ਲਾਉਣੇ ਜੀ, ਲਾਉਣੇ ਨੇ ਜੀ ਜਿਹੜੇ ਹੈਗੇ 10.25 'ਤੇ ਇਹਨਾਂ ਦੀ ਪਲੋਈ ਹੈਗੀ ਹੈ, ਆਪਾਂ ਲਾਵਾਂਗੇ 11 ਇੰਚ 'ਤੇ। 0.25 ਇੰਚ ਅਸੀਂ ਜ਼ਿਆਦਾ ਲਾਉਣੇ ਹੁੰਦੇ ਹਾਂ ਕਿਉਂਕਿ ਉੱਪਰੋਂ ਆਪਣਾ ਸਿਲਾਈ ਦਾ ਨਿਕਲ ਜੂਗਾ, ਫਿਰ ਆਪਾਂ ਨੇ ਲਾਉਣੀ ਹੈ ਜਿਹੜਾ ਵਿਚਾਲੋਂ ਵੀ ਕਿੰਨਾ ਫਰਕ ਹੈ ਪਲੋਈਆਂ ਦਾ। ਇਹ ਜਿਹੜਾ ਇਹਨਾਂ ਦਾ ਫਰਕ ਹੈਗਾ 6.5 ਦਾ, ਇੱਧਰੋਂ ਆਪਣੀ ਕੋਈ ਸਿਲਾਈ ਵਗੈਰਾ ਨਹੀਂ ਹੈਗੀ, ਕੱਪੜਾ ਹੀ ਹੈ, ਇੱਥੋਂ ਆਪਾਂ 3.25 'ਤੇ ਨਿਸ਼ਾਨ ਲਾਵਾਂਗੇ। ਆ ਦੇਖੋ ਇੱਕ ਪਲੱਸ ਦਾ ਨਿਸ਼ਾਨ ਬਣਾ ਦਾਂਗੇ, ਫਿਰ ਆਪਾਂ ਪਲੋਈ ਦੀ ਲੰਬਾਈ ਨਾਪਾਂਗੇ। ਪਲੋਈ ਦੀ ਲੰਬਾਈ ਹੈਗੀ ਇਹਨਾਂ ਦੀ 7 ਤੋਂ ਜ਼ਿਆਦਾ ਨਾ ਤੁਸੀਂ ਪਲੋਈ ਕਰਿਆ ਕਰੋ, ਜੇ ਤੁਸੀਂ ਜ਼ਿਆਦਾ ਪਤਲੇ ਹੋ ਤਾਂ ਤੁਸੀਂ 7 ਰੱਖ ਸਕਦੇ ਹੋ, ਜੇ ਕਿਸੇ ਦਾ ਪੇਟ ਜਾਂ ਜ਼ਿਆਦਾ ਹੈਗਾ ਜੀ, ਇੱਥੋਂ ਪੇਟ ਜਾਂ ਜ਼ਿਆਦਾ ਹੈਗਾ ਤਾਂ ਤੁਸੀਂ 6 ਇੰਚ ਦੀ ਪਲੋਈ ਪਾਇਆ ਕਰੋ, ਫਿਰ ਨਹੀਂ ਪੇਟ 'ਤੇ ਕਸ ਜਾਂ ਪੈਣ ਲੱਗ ਜਾਵੇ। ਜਿਹੜੇ ਮੀਡੀਅਮ ਸਾਈਜ਼ ਦੇ ਹੁੰਦੇ ਆ ਨਾ, ਉਹ 6.5 ਦੀ ਪਲੋਈ ਰੱਖ ਸਕਦੇ ਨੇ, ਜਿਹੜਾ ਕੋਈ ਪਤਲਾ ਉਹ 7 ਦੀ ਰੱਖ ਸਕਦਾ। ਕਈ ਵਾਰੀ ਅਸੀਂ ਨਾਪ ਲਿੱਤਾ ਸੀਗਾ ਕਿਸੇ ਦਾ ਸੂਟ ਦਾ, ਉਹਨਾਂ ਦੇ 8-8 ਇੰਚ 'ਤੇ ਪਲੋਈਆਂ ਪਾਈਆਂ ਹੋਈਆਂ ਸੀਗੀਆਂ, ਜਦੋਂ ਉਹਨਾਂ ਨੇ ਸ਼ਰਟ ਆਪਣੀ ਪਾ ਕੇ ਦਿਖਾਈ ਸਾਨੂੰ, ਉਹਨਾਂ ਦੇ ਪੇਟ 'ਤੇ ਉਹ ਕਹਿੰਦੇ ਕਸ ਪੈਂਦਾ ਕਿਉਂਕਿ ਭਾਰੀ ਸੀਗੇ, 8 ਇੰਚ ਦੀ ਪਲੋਈ ਪਾਈ ਹੋਈ ਜਿਹੜੀ ਪੇਟ 'ਤੇ ਕਸ ਪਾਊਗੀ ਜੀ। ਅਤੇ ਇਹ ਗੱਲ ਦਾ ਧਿਆਨ ਰੱਖਿਆ ਕਰੋ, ਜਿਹਦਾ ਥੋੜ੍ਹਾ ਜਿਹਾ ਪੇਟ ਹੈਗਾ ਉਹ 6 ਇੰਚ ਦੀ ਜਾਂ 6.5 ਦੀ ਪਲੋਈ ਪਾ ਸਕਦਾ। ਅਤੇ ਹੁਣ ਆਪਾਂ ਪਾਵਾਂਗੇ ਜੀ ਟੇਢੀਆਂ ਪਲੋਈਆਂ। ਦੇਖੋ ਟੇਢੀ ਪਲੋਈ ਬਿਲਕੁਲ ਆਹ ਖੁੰਜੇ ਦੇ ਸਿੱਧਾ ਰੱਖਣਾ ਆਪਾਂ, ਇੱਧਰੋਂ ਇਹ ਨਿਸ਼ਾਨੀ ਤੋਂ ਇੱਧਰੋਂ ਖੁੰਜੇ ਤੋਂ, ਇੱਥੋਂ ਆਪਾਂ 1.25-2 ਦਾ ਫਰਕ ਪਾਵਾਂਗੇ ਇਹਨਾਂ ਦੀ ਫਿਟਿੰਗ ਦੇ ਹਿਸਾਬ ਨਾਲ। ਜੇ ਤੁਸੀਂ ਭਾਰੀ ਹੋ ਤਾਂ ਤੁਸੀਂ ਜਿਹੜਾ ਹੈਗਾ 2.5 ਇੰਚ ਦਾ ਫਰਕ ਵੀ ਰੱਖ ਸਕਦੇ ਹੋ। ਆਹ ਦੇਖੋ ਬਾਕੀ ਇਹ ਹੁੰਦਾ ਨਿਸ਼ਾਨ ਆਪਣਾ, ਦੇਖੋ ਕਮਰ ਦਾ, ਇਹ ਜਿਹੜੇ ਦੋਨੇ ਪਲੋਈਆਂ ਦਾ ਹਾਫ ਕਰਕੇ ਇੱਥੋਂ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ। ਦੇਖੋ
ਇਹਦੇ ਤੱਕ ਆਪਣੇ ਇਹ ਟੇਢੀ ਪਲੋਈ ਜਿਹੜੀ ਪਾਉਣੀ ਹੁੰਦੀ ਹੈ ਇਹ ਤੋਂ ਪਾਉਣੀ ਹੁੰਦੀ ਹੈ ਜੀ। ਆਹ ਦੇਖੋ ਇਸ ਤੋਂ, ਇੱਥੋਂ ਵੀ ਆਪਾਂ 2.25 ਦਾ ਨਿਸ਼ਾਨ ਲਾ ਕੇ ਆਪਾਂ ਇਹਨੂੰ ਇਹ ਨਾਲ ਮਿਲਾ ਦਾਂਗੇ। ਆਹ ਦੇਖੋ ਜਦੋਂ ਤੁਸੀਂ ਇੱਥੋਂ ਐਂ ਨਿਸ਼ਾਨ ਲਾਵੋਗੇ ਇਹ ਤੁਹਾਡੀ ਕਮਰ 'ਤੇ, ਬਿਲਕੁਲ ਕਮਰ 'ਤੇ ਆਊਗੀ ਪਲੋਈ। ਆਪਾਂ ਉਹ ਵੀ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਵਾਂਗੇ ਵੀ ਕਿੱਦਾਂ ਲਾਉਣੇ ਆ। ਕਮਰ ਇਹਨਾਂ ਦੀ ਹੈਗੀ ਹੈ ਜੀ 16। ਆਹ ਦੇਖੋ ਇੱਥੋਂ ਆਪਾਂ ਨਾਪ ਲਾਂਗੇ 16, ਅੱਧਾ ਇੰਚ ਆਪਾਂ ਫੇਰ ਪਲੋਈ ਦਾ ਛੱਡਾਂਗੇ, 8 8 16 ਹੋ ਗਿਆ, ਅਤੇ 8.5 'ਤੇ ਆਪਾਂ ਜਿਹੜੇ ਹੈਗੇ ਨਿਸ਼ਾਨ ਲਾ ਲਾਂਗੇ। ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਹਿੱਪ ਦਾ ਨਿਸ਼ਾਨ, ਇੱਥੋਂ ਆਪਾਂ 14.5 'ਤੇ ਨਿਸ਼ਾਨ ਲਾ ਲਾਂਗੇ। ਇਹ ਚੀਜ਼ ਤੋਂ 14.5 ਲਾ ਲਿਆ ਆਪਾਂ, ਜਿੱਥੋਂ ਆਪਾਂ ਨੇ ਮੋਢੇ ਦੀ ਕਟਾਈ ਕਰਨੀ ਹੈ। ਆਹ ਦੇਖੋ ਇੱਥੋਂ ਆਪਾਂ 14.5 ਜਾਂ 15 ਵੀ ਲਾ ਸਕਦੇ ਹੋ, ਤੁਸੀਂ ਨੀਵੀਂ ਪਾਉਣੇ ਹੋ ਥੋੜ੍ਹੀ ਜਿਹੀ ਉੱਚੀ ਪਾਉਣੇ ਹੋ ਸਾਈਡ ਵਾਲੀ ਸਿਲਾਈ ਤਾਂ ਤੁਸੀਂ 14 ਵੀ ਲਾ ਸਕਦੇ ਹੋ। ਇੱਥੋਂ ਹੁਣ ਆਪਾਂ ਉਹਨਾਂ ਦੀ ਲਾਵਾਂਗੇ ਜੀ ਹਿੱਪ, ਹਿੱਪ ਉਹਨਾਂ ਦੀ ਹੈਗੀ ਆ 19, 19 ਦਾ ਅੱਧ ਹੋ ਗਿਆ 9.5। ਇੱਥੋਂ ਆਪਾਂ ਪੂਰਾ ਹੀ ਲੈਣਾ। ਆਹ ਦੇਖੋ ਹੁਣ ਆਪਾਂ ਦੇਖੋ ਪਹਿਲਾਂ ਸਕੇਲ ਨਾਲ ਆਪਾਂ ਇਹ ਵਾਲਾ ਨਿਸ਼ਾਨ ਮਿਲਾ ਦਾਂਗੇ। ਬਾਕੀ ਜਦੋਂ ਤੁਸੀਂ ਤੁਹਾਡੀਆਂ ਪਲੋਈਆਂ ਵਗੈਰਾ ਪੈ ਗਈਆਂ ਹੈ ਨਾ, ਪਲੇਟਾਂ ਪੈ ਗਈਆਂ, ਉਸ ਤੋਂ ਬਾਅਦ ਕਹਿਰਾਂ ਤੁਸੀਂ ਚੈੱਕ ਕਰ ਸਕਦੇ ਹੋ ਫਿਟਿੰਗ। ਫੇਅਰ ਸਾਈਡ ਸਿਲਾਈ, ਇਹ ਜਿਹੜੀ ਸਿਲਾਈ ਆ ਫਿਟਿੰਗ ਵਾਲੀ, ਇਹ ਤੁਸੀਂ ਫੇਅਰ ਲਾਉਣੀ ਹੈ, ਬਾਅਦ 'ਚੋਂ ਲਾਉਣੀ ਹੈ। ਜਦੋਂ ਤੁਹਾਡੀਆਂ ਪਲੇਟਾਂ ਵਗੈਰਾ ਪੈ ਗਈਆਂ ਇੱਕ ਵਾਰੀ ਤੁਸੀਂ ਫਿਟਿੰਗ ਚੈੱਕ ਜ਼ਰੂਰ ਕਰਨੀ ਹੈ। ਇਹ ਨਹੀਂ ਹੈਗਾ ਵੀ ਆਪਾਂ ਨੇ ਪਹਿਲਾਂ ਹੀ ਨਿਸ਼ਾਨ ਲਾ ਲਏ, ਬਸ ਕਮੀਜ਼ ਏਸੀ ਸਿਲਾਈਆਂ 'ਤੇ ਲਾ ਲੈਂਦੇ ਹਾਂ। ਕਈ ਵਾਰੀ ਪਤਾ ਕੀ ਹੁੰਦਾ ਹੈ, ਪਲੋਈਆਂ ਦੇ ਵਿੱਚ ਕੱਪੜਾ ਵੱਧ ਘੱਟ ਹੋ ਜਾਂਦਾ, ਇੱਕ ਵਾਰੀ ਚੈੱਕ ਜ਼ਰੂਰ ਕਰ ਲਿਆ ਕਰੋ ਦੁਬਾਰਾ। ਅਤੇ ਹੁਣ ਆਪਾਂ ਜਿਹੜਾ ਹੈਗਾ ਇਹਦੀ ਕਟਿੰਗ ਕਰਾਂਗੇ ਜੀ। ਫਿਰ ਆਪਾਂ ਦੱਸਦੇ ਹਾਂ ਵੀ ਇਹ ਤੀਰਾ, ਜਿਵੇਂ ਭੈਣ ਦਾ ਕਮੈਂਟ ਆਇਆ ਸੀਗਾ ਕਿ ਮੋਢੇ ਡਿੱਗਦੇ ਆ, ਤੀਰਾ ਆਪਣਾ ਡਿੱਗਦਾ ਹੈਗਾ, ਆਪਾਂ ਉਹ ਵੀ ਤੁਹਾਨੂੰ ਦੱਸਦੇ ਹਾਂ ਵੀ ਤੀਰਾ ਡਿੱਗਣ ਦਾ ਕੀ ਕਾਰਨ ਹੈ। ਪਹਿਲਾਂ ਆਪਾਂ ਜਿਹੜਾ ਹੈਗਾ ਕਾਟਾਂ ਪਾ ਦਾਂਗੇ, ਪਹਿਲਾਂ ਆਪਾਂ ਇਹ ਵਾਲਾ ਪਹਿਲੇ ਪੱਲੇ ਕੱਟਾਂਗੇ। ਹੁਣ ਆਪਾਂ ਇੱਥੋਂ ਜਿਹੜਾ ਦੇਖੋ ਇੱਥੋਂ ਥੋੜ੍ਹੀ ਢਾਲ ਪਾ ਦਾਂਗੇ। ਹੁਣ ਆਪਾਂ 2 ਪੱਲੇ ਚੱਕਾਂਗੇ ਜੀ। ਆਹ ਦੇਖੋ 2 ਪੱਲੇ ਚੱਕ ਲਏ ਆਪਾਂ ਨੇ, ਇਹਦੇ ਹਿਸਾਬ ਨਾਲ ਆਪਾਂ ਮੂਹਰਲੇ ਪਾਸੇ ਗੁਲਾਈ ਪਾ ਦਾਂਗੇ। ਆਹ ਦੇਖੋ ਇੰਨੀ ਕੁ ਗੁਲਾਈ ਪੈ ਗਈ, ਇੰਨਾ ਜਿਹੜਾ ਹੈਗਾ ਪਿਛਲਾ ਪੱਲਾ ਆਪਣਾ ਹੋ ਗਿਆ ਬੜਾ, ਮੂਹਰੋਂ ਆਪਾਂ ਨੇ ਡੰਘਾਈ ਪਾਤੀ। ਹੁਣ ਜਿਹੜਾ ਹੈਗਾ ਆਪਾਂ ਇੱਥੇ ਮੂਹਰੇ ਲਾ ਦਾਂਗੇ ਜੀ ਟੱਕ। ਆਹ ਦੇਖੋ ਆਪਾਂ ਜਿਹੜੇ ਪਲੇਟਾਂ ਦੇ ਨਿਸ਼ਾਨ ਲਾਏ ਨੇ ਇਹਨਾਂ 'ਤੇ ਵੀ ਆਪਾਂ ਟੱਕ ਲਾ ਦਾਂਗੇ, ਇੱਧਰ ਵੀ ਆਪਾਂ ਟੱਕ ਲਾ ਦਾਂਗੇ। ਇਹ ਬਰੀਕ ਜਿਹੀ ਟੱਕ ਲਾਉਣੇ ਆ, ਜ਼ਿਆਦਾ ਨਹੀਂ। ਅਤੇ ਹੁਣ ਆਪਾਂ ਨੇ ਕੀ ਕਰਨਾ ਜੀ, ਮੂਹਰੇ ਤਾਂ ਆਪਣਾ ਬੁਕਰਮ ਵਾਲਾ ਗਲਾ ਪੈ ਹੀ ਜਾਊ, ਜਿਹੜੇ ਬਣੇ ਬਣਾਏ ਮਿਲਦੇ ਨੇ, ਇਹਦੇ ਨਾਲ ਆਪਾਂ ਬੜੀ ਸੂਈ ਦੀ ਮਦਦ ਨਾਲ ਗਲੀਆਂ ਕੱਢ ਕੇ 4 ਪੱਲਿਆਂ 'ਤੇ ਨਿਸ਼ਾਨ ਲਾ ਲਾਂਗੇ। ਇਹ 2 ਪੱਲਿਆਂ 'ਤੇ ਲੱਗ ਜਾਣਗੇ। ਦੇਖੋ ਜਿਹੜਾ ਗਲਾ ਡਿੱਗਦਾ ਉਹਦਾ ਦੱਸਦੇ ਹਾਂ ਤੁਹਾਨੂੰ, ਜੇ ਤੁਹਾਡਾ 12 ਇੰਚ, ਜਿਵੇਂ ਆਪਾਂ 6 ਇੰਚ ਦਾ ਤੀਰਾ ਲਾਇਆ, ਇਹ 6 ਇੰਚ ਦਾ ਲਾਇਆ, ਇਹਨਾਂ ਦਾ 11.5 ਇੰਚ ਤੀਰਾ ਤਿਆਰ ਸੀਗਾ। ਅਤੇ ਜੇ ਹੁਣ ਆਪਾਂ ਨੇ ਇਹਨਾਂ ਦਾ ਗਲਾ ਡੀਪ ਰੱਖਣਾ ਹੁੰਦਾ ਤਾਂ ਆਪਾਂ ਉਸ ਤੋਂ ਵੀ, ਜਿਵੇਂ ਹੁਣ ਆਪਾਂ 6 'ਤੇ ਨਿਸ਼ਾਨ ਲਾਇਆ ਤਾਂ ਆਪਾਂ 5.5 'ਤੇ ਹੀ ਲਾਉਂਦੇ, 1.5 ਇੰਚ ਆਪਾਂ ਇੱਧਰ ਹੋਰ ਘਟਾ ਦਿੰਦੇ ਜੇ ਆਪਾਂ ਨੇ ਗਲਾ ਡੀਪ ਰੱਖਣਾ। ਜੇ ਤੁਸੀਂ ਗਲਾ ਡੀਪ ਕਰੋਗੇ ਫਿਰ ਤੁਹਾਡਾ ਗਲਾ ਡਿੱਗ ਜਿਹੜਾ ਹੈਗਾ ਤੀਰਾ ਡਿੱਗੂਗਾ ਹੀ ਡਿੱਗੂਗਾ। ਜੇ ਤੁਸੀਂ ਗਲਾ ਡੀਪ ਕਰਨਾ ਤਾਂ ਤੀਰਾ ਘਟਾ ਦਿਓ ਜੀ, ਇੱਥੋਂ ਤੀਰਾ ਘਟਾ ਦਿਓ, 1.5 ਇੰਚ ਤੀਰਾ ਘਟਾ ਦਿਓ। ਹੁਣ ਇਹਨਾਂ ਦਾ ਨੋਰਮਲੀ ਗਲਾ ਹੈ, 5 ਇੰਚ ਆਪਾਂ ਗਲਾ ਕੱਟਾਂਗੇ ਪਿਛਲਾ, ਉਹਦੇ ਕਰਕੇ ਇਹਨਾਂ ਦਾ ਤੀਰਾ ਬਿਲਕੁਲ ਸੈੱਟ ਆਊਗਾ, ਬਿਲਕੁਲ ਡਿੱਗੂਗਾ ਨਹੀਂ। ਜੇ ਤੁਸੀਂ ਇੱਦੂ ਵੀ ਛੋਟਾ ਗਲਾ ਪਾਉਣਾ ਚਾਹੁੰਦੇ ਹੋ ਨਾ, ਜਿਵੇਂ ਆਪਾਂ ਗਰਦਨੀ ਲਾਉਣਾ ਬੰਦ ਕਰਨਾ ਜਾਂ ਬੋਟਰ ਨੈੱਕ ਹੈ ਨਾ, ਤਾਂ ਤੁਸੀਂ ਤੀਰਾ ਇਹਦੇ ਨਾਲੋਂ ਵਧਾ ਲਓ। ਜਿਵੇਂ ਹੁਣ ਆਪਾਂ ਨੇ 6 ਕੱਟਿਆ ਤਾਂ ਆਪਾਂ 7 'ਤੇ ਨਿਸ਼ਾਨ ਲਾਵਾਂਗੇ। ਦੇਖੋ ਇੰਨਾ ਕੀ ਜਿਹੜਾ ਕਟਾਈ ਦਾ ਫਰਕ ਹੈ। ਕਈ ਵਾਰੀ ਤੀਰਾ ਆਪਾਂ ਉਨਾ ਹੀ ਕੱਟੀ ਜਾਂਦੇ ਹਾਂ ਜੀ, ਗਲਾ ਛੋਟਾ ਵੱਡਾ ਕਰ ਲਿਆ ਉਹ ਅਲੱਗ ਗੱਲ ਹੈ ਨਾ, ਉਹ ਕਰ ਲੈਂਦੇ ਹਾਂ।
ਪਰ ਇਹ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ, ਜੇ ਤੁਸੀਂ ਗਲਾ ਡੀਪ ਕਰ ਰਹੇ ਹੋ ਤਾਂ ਤੁਸੀਂ ਤੀਰਾ ਘਟਾਓਗੇ ਇੱਥੋਂ। ਜਦੋਂ ਆਪਣਾ ਇੱਥੋਂ ਤੀਰਾ ਵੱਡਾ ਫਿਰ ਡਿੱਗਦਾ ਜੀ। ਹੁਣ ਆਪਾਂ ਇਹਨਾਂ ਦਾ ਨੋਰਮਲੀ ਗਲਾ ਕਰਨਾ, ਦੇਖੋ 2 ਇੰਚ ਦੀ ਅਸੀਂ ਗਲੇ ਦੀ ਚੁੜਾਈ ਲਵਾਂਗੇ, 5 ਇੰਚ ਦੀ ਜਿਹੜੀ ਹੈਗੀ ਅਸੀਂ ਲੰਬਾਈ ਲਵਾਂਗੇ। 5 ਇੰਚ ਜਿਹੜਾ ਹੈਗਾ ਨੋਰਮਲ ਗਲਾ ਹੁੰਦਾ ਆਪਣਾ। ਕਈ ਵਾਰੀ ਵਿੱਚ ਭੈਣਾਂ 2 ਇੰਚ ਦਾ ਹੀ ਗਲਾ ਪਾਉਂਦੀਆਂ ਨੇ, ਪਿਛਲਾ ਅਸੀਂ ਬਹੁਤ ਜ਼ਿਆਦਾ ਤਿਆਰ ਕਰੇ ਆ, 2 ਇੰਚ ਦਾ ਗਲਾ ਪਾਉਂਦੀਆਂ ਨੇ, ਫਿਰ ਉੱਥੋਂ ਆਪਾਂ ਇੱਥੋਂ ਤੀਰਾ ਵਧਾ ਦਿੰਦੇ ਹਾਂ। ਜਿਵੇਂ ਹੁਣ ਅਸੀਂ 6 ਇੰਚ ਤੀਰਾ ਕੱਟੇ, ਜਿਹੜੇ 2 ਇੰਚ ਦਾ ਗਲਾ ਪਾਉਂਦੇ ਨੇ ਪਿਛਲਾ, ਉਹ ਅਸੀਂ 6.5 ਕਰ ਦਿੰਦੇ ਹਾਂ, 6.5 ਕਰ ਦਿੰਦੇ ਹਾਂ। ਇਹ ਨਿਸ਼ਾਨ ਆਪਾਂ 2 ਦਾ ਲਾਉਣੇ ਆ, ਫਿਰ ਅਸੀਂ ਇੱਥੋਂ 2.25 ਦਾ ਕਰ ਦਿੰਦੇ ਹਾਂ। ਇੰਨਾ ਹੀ ਫਰਕ ਹੈ ਜੀ। ਹੁਣ ਇਹ ਆਪਾਂ ਨੇ 2 ਇੰਚ ਦਾ ਤਿਆਰ ਕੀਤਾ, ਦੇਖੋ ਇੱਥੇ ਬਾਕਸ ਬਣਾ ਲਿਆ। ਇੱਥੋਂ ਆਪਾਂ ਹਲਕੀ ਜਿਹੀ ਗੁਲਾਈ ਪਾ ਲਾਂਗੇ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਆਹ ਦੇਖੋ ਇਹ ਆਪਣੀਆਂ ਹੋ ਗਈਆਂ, ਕਮੀਜ਼ ਦੀ ਕਟਾਈ ਹੋ ਗਈ, ਇਹ 18 ਇੰਚ ਛਾਤੀ, 16 ਇੰਚ ਕਮਰ, ਜਿਹੜੀ ਹੈਗੀ 19 ਇੰਚ ਹਿੱਪ ਦੇ ਹਿਸਾਬ ਨਾਲ ਆਪਣੇ ਕਮੀਜ਼ ਦੀ ਕਟਾਈ ਕਰੀ ਹੈ। ਜਿਹੜੀ ਮੇਰੇ ਭੈਣਾਂ ਦੀ ਇਹ ਵਾਲਾ ਨਾਪ ਹੈਗਾ ਹੈ ਨਾ, ਉਹ ਇਸ ਤਰ੍ਹਾਂ ਕੱਟ ਸਕਦੀਆਂ ਨੇ। ਜੇ ਤੁਹਾਨੂੰ ਕਿਹੋ ਜਿਹੀਆਂ ਵੀ ਵੀਡੀਓ ਚਾਹੀਦੀਆਂ ਨੇ ਹੈ ਨਾ, ਉਹ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਸੀਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਵੀਡੀਓ ਦਿੰਦੇ ਹਾਂ ਜੀ।